वेलकम बैक मैं मनवीर कौर आज ਆਪਾਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਰੈਲੀ ਦੀ 14 ਫ फेब्रुवारी ਨੂੰ ਜਾਨੀ ਕਿ ਕੱਲ ਉਹ ਜਲੰਧਰ ਦੇ ਵਿੱਚ ਇੱਕ ਰੈਲੀ ਕਰਕੇ ਗਏ ਨੇ ਬਹੁਤ ਵੱਡੀ ਰੈਲੀ ਕਰਕੇ ਗਏ ਨੇ ਇਨਫੈਕਟ ਸੋ ਉਹਦੇ ਵਿੱਚ ਉਹਨਾਂ ਦਾ ਇੱਕ ਭਾਸ਼ਣ ਸੀ ਉਹ ਭਾਸ਼ਣ ਜਿਹੜਾ ਜਨਵਰੀ ਦੇ ਵਿੱਚ ਵੀ ਉਹਨਾਂ ਨੇ ਆਉਣਾ ਸੀ ਰੈਲੀ ਕਰਨੀ ਸੀ ਆਪਣੀ ਪੰਜਾਬ ਦੇ ਵਿੱਚ ਆਏ ਬਟ ਜਾਨ ਬਚਾ ਕੇ ਜ਼ਿੰਦਾ ਲੋਟ ਆਇਆ ਹੂੰ ਵਾਲਾ ਡਾਇਲੌਗ ਜਿਹੜਾ ਕਾਫੀ ਟ੍ਰੈਂਡ ਕੀਤਾ ਪਤਾ ਨਹੀਂ ਉਹ ਨਰਿੰਦਰ ਮੋਦੀ ਵੱਲੋਂ کیا گیا ਸੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੀ ਨਹੀਂ کیا گیا ਸੀ بٹ ਉਹ کافی ٹرینڈنگ گیا پنجاب ਦੇ ਵਿੱਚ سو ਉਦੋਂ ਪੰਜਾਬੀਆਂ ਨੂੰ موقع ਨਹੀਂ ਮਿਲਿਆ ਇਹ ਪ੍ਰिविलेज ਨਹੀਂ ملی ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣ ਸਕਣ ਕਿਉਂਕਿ ਉਦੋਂ ਉਹਨਾਂ ਦੀ ریلی ਨਹੀਂ ਹੋ ਪਾਈ ਸੀ بارش ਵੀ ਬਹੁਤ ਜ਼ਿਆਦਾ ਸੀ بٹ 14 ਫِبਰੂਰੀ ਨੂੰ یعنی ਕਿ ਕੱਲ ਇਹ ਪ੍ਰिविलेज ਮੈਨੂੰ ਲੱਗਦਾ ਪੰਜਾਬੀਆਂ ਨੂੰ ملی ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣ ਸਕਣ ਔਰ ਸੁਨਿਆ ਵੀ ਹੋਏਗਾ ਕਈਆਂ ਨੇ ਉਸ ਭਾਸ਼ਣ ਦੇ ਉੱਤੇ ਗੱਲ ਕਰਾਂਗੇ ਉਸ ਭਾਸ਼ਣ ਦੇ ਸ਼ੁਰੂਆਤ ਵਾਲੇ ਚੰਦ ਮਿੰਟਾਂ ਦੇ ਉੱਤੇ ਇਸ ਵੀਡੀਓ 'ਚ ਗੱਲ ਕਰਾਂਗੇ ਅੱਗੇ ਗੱਲ ਕਰਨ ਤੋਂ ਪਹਿਲਾਂ ਐਫ ওয়ਾਈ ਆਈ ਮੈਂ ਇੱਥੇ ਗੱਲ ਕਹਿਣਾ ਚਾਹੁੰਦੀ ਆ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਇਹਦਾ ਮਤਲਬ ਇਹ ਹੋਇਆ ਕਿ ਭਾਰਤ ਦੀ ਜਿਹੜੀ ਚੁਣੀ ਹੋਈ ਸਰਕਾਰ ਹੈ ਉਹ ਧਰਮ ਨਿਰਪੱਖ ਹੈ ਉਹ ਜਿਹੜੀ ਚੁਣੀ ਹੋਈ ਸਰਕਾਰ ਚਾਹੀ ਸੂਬੇ ਦੀ ਹੋਵੇ ਜਾਂ ਕਿਤੇ ਹੋਰ ਗਰਾਉਂਡ ਮਤਲਬ ਗਰਾਸਰੂਟ ਲੈਵਲ ਦੀ ਕੋਈ ਪੰਚਾਇਤ ਵੀ ਹੋਵੇ ਐਮਸੀ ਹੋਵੇ ਜਾਂ ਪ੍ਰਧਾਨ ਮੰਤਰੀ ਸਾਹਿਬ ਹੋਣ ਉਹ ਧਰਮ ਨਿਰਪੱਖ ਹੋਣਗੇ ਉਹ ਸੈਕੂਲਰ ਹੋਣਗੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਭਾਸ਼ਣ ਦੇ ਸ਼ੁਰੂਆਤ ਵਾਲੇ ਕੁਝ ਚੰਦ ਮਿੰਟ ਇਸ ਸੈਕੂਲਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਸ਼ੁਰੂਆਲੇ ਕੁਝ ਚੰਦ ਮਿੰਟਾਂ ਦੇ ਵਿੱਚ ਉਹਨਾਂ ਨੇ 17 ਧਾਰਮਿਕ ਗੁਰੂਆਂ ਦੇ ਨਾਮਾਂ ਤੋਂ ਜੈਕਾਰੇ ਬਲਾ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ 17 ਗੁਰੂਆਂ ਨੂੰ ਧਾਰਮਿਕ ਗੁਰੂਆਂ ਦੇ ਜ਼ਿਕਾਰੇ ਬਲਾ ਕੇ ਉਹ 17 ਅਲੱਗ-ਅਲੱਗ ਧਾਰਮਿਕ ਗੁਰੂਆਂ ਦੇ ਨਾਮ ਉਹਨਾਂ ਦੇ ਸਲੋਗਨ ਉਹਨਾਂ ਦੀ ਜੈ ਜੈਕਾਰ ਦੇ ਸਲੋਗਨ ਕਿਹੜੇ ਸੀ ਉਹ ਮੈਂ ਤੁਹਾਨੂੰ ਦੱਸਦੀਆਂ ਅਗਰ ਪੰਜਾਬ ਦਾ ਪੰਜਾਬ ਬਾਰੇ ਕਿਹਾ ਜਾਂਦਾ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਔਰ ਇਹ ਸੱਚ ਹੈ ਅਗਰ ਇਹਨਾਂ ਗੁਰੂਆਂ ਪੀਰਾਂ ਫਕੀਰਾਂ ਚੋਂ ਕੋਈ ਰਹਿ ਗਿਆ ਹੋਵੇ ਤਾਂ ਤੁਸੀਂ ਮੈਨੂੰ ਜਰੂਰ ਨੋਟਿਸ ਕਰਾਓ ਸਭ ਤੋਂ ਪਹਿਲਾਂ ਉਹ ਸ਼ੁਰੂਆਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਆ ਜੈ ਬਜਰੰਗ ਬਲੀ ਉਸ ਤੋਂ ਬਾਅਦ ਜੈ ਭੀਮ ਉਸ ਤੋਂ ਬਾਅਦ ਦੇਵੀ ਤਲਾਬ ਮੰਦਿਰ ਦਾ ਜ਼ਿਕਰ ਆਉਂਦਾ ਉਸ ਤੋਂ ਬਾਅਦ ਹਰ ਹਰ ਮਹਾਦੇਵ ਉਸ ਤੋਂ ਬਾਅਦ ਰਾਮ ਰਾਮ ਉਸ ਤੋਂ ਬਾਅਦ ਭਗਵਾਨ ਰਵਿਦਾਸ ਦਾ ਜ਼ਿਕਰ ਆਂਦਾ ਹੈ ਕਾਸ਼ੀ ਦਾ ਜ਼ਿਕਰ ਆਂਦਾ ਹੈ ਉਸ ਤੋਂ ਬਾਅਦ ਵਿਸ਼ਵਨਾਥ ਟੈਂਪਲ ਦਾ ਜ਼ਿਕਰ ਆਂਦਾ ਜਿਸ ਵਿਸ਼ਵਨਾਥ ਟੈਂਪਲ ਤੇ ਕਾਫੀ ਵੱਡਾ ਇਨਫਰਾਸਟ੍ਰਕਚਰ ਸਰਕਾਰ ਵੱਲੋਂ ਡਵੈਲਪ ਕੀਤਾ ਗਿਆ ਹੈ ਧਾਰਮਿਕ ਇਨਫਰਾਸਟ੍ਰਕਚਰ ਭਗਵਾਨ ਬਾਲਮੀਕੀ ਜੀ ਦਾ ਜ਼ਿਕਰ ਆਂਦਾ ਗੁਰੂ ਅਰਜਨ ਦੇਵ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਇਹਨਾਂ ਚਾਰ ਸਹਬਜ਼ਾਦਿਆਂ ਦਾ ਜ਼ਿਕਰ ਆਂਦਾ ਨਾਲ ਉਹਨਾਂ ਦੇ ਨਾਮ ਤੇ ਬਣਾਇਆ ਗਿਆ ਜੋ ਵੀਰ ਬਾਲ ਦਿਵਸ 26 ਦਸੰਬਰ ਨੂੰ ਉਹਦਾ ਜ਼ਿਕਰ ਆਂਦਾ ਨਾਲ ਕਰਤਾਰਪੁਰ ਕੋਰੀਡੋਰ ਦਾ ਜ਼ਿਕਰ ਆਂਦਾ ਨਾਲ ਇੱਕ ਐਦਾਂ ਦੀ ਸੇਵਾ ਦਾ ਜ਼ਿਕਰ ਆਂਦਾ ਜੋ ਭਾਰਤ ਸਰਕਾਰ ਵੱਲੋਂ ਚਲਾਈ ਗਈ ਹੈ ਫॉर ਦਰਸ਼ਨ ਕਰਨ ਦੇ ਲਈ ਧਾਰਮਿਕ ਸਥਾਨਾਂ ਦੇ ਸੋ ਪੰਜਾਬ ਨੂੰ ਇਸ ਤੋਂ ਪਹਿਲਾਂ ਵਾਲੇ ਜਿੰਨੇ ਵੀ ਪੋਲੀਟিক্যাল ਲੀਡਰ ਆ ਕੇ ਪੰਜਾਬ ਨੂੰ ਐਡਰੈਸ ਕਰਦੇ ਸੀ ਤਾਂ ਆਪਾਂ ਇੱਕ ਸਲੋਗਨ ਬਹੁਤ ਜ਼ਿਆਦਾ ਸੁਣਿਆ ਹੋਵੇਗਾ ਐਕਚੁਅਲੀ ਦੋ ਸਲੋਗਨ ਪਹਿਲਾ ਸਲੋਗਨ ਇਹ ਹੀ ਹੈ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਦੂਸਰਾ ਸਲੋਗਨ ਜਿਹੜਾ ਵਰਤਿਆ ਜਾਂਦਾ ਸੀ ਲੀਡਰਸ ਵੱਲੋਂ ਜ਼ਿਆਦਾਤਰ ਉਹ ਸੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਸੋ ਇਹਦੇ ਵਿੱਚ ਹੀ ਸਭ ਕੁਝ ਕਵਰ ਹੋ ਜਾਂਦਾ ਸੀ ਸੋ ਇਹ ਜਿਹੜਾ ਸਲੋਗਨ ਹੈ ਦੋ ਜਿਹੜੇ ਸਲੋਗਨ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਔਰ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਇਹ ਇੱਕ ਆਪਣੇ ਆਪ ਦੇ ਵਿੱਚ ਸੈਕੂਲਰ ਫਾਰਮ ਦੇਣ ਦੇ ਲਈ ਤਾਂ ਕਿ ਕਿਸੇ ਪਰਟੀਕੂਲਰ ਧਰਮ ਜਾਂ ਕਿਸੇ ਵਿਸ਼ੇਸ਼ ਵਰਗ ਦੇ ਗੁਰੂ ਦਾ ਨਾਮ ਨਾ ਲੈਣ ਨਾਲੋਂ ਇਟ ਇਜ਼ ਬੈਟਰ ਕਿ ਇੱਕ ਭਾਰਤ ਦੀ ਧਰਮ ਨਿਰਪੱਖਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਐਦਾਂ ਦੇ 슬ੋਗਨ ਦਿੱਤੇ ਜਾਣ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਪਰ ਹੁਣ ਇਹ ਹੋ ਗਿਆ ਕਿ ਕੱਲੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੀ ਨਹੀਂ ਬਾਕੀ ਬਾਕੀ ਹੋਰ ਜਿਹੜੀਆਂ ਪੋਲੀਟੀਕਲ ਆਰਗੇਨਾਈਜੇਸ਼ਨਸ ਦੇ ਲੀਡਰ ਹੈ ਜਿਹੜੇ ਆਪਣੇ ਪਾਸ਼ਨਾ ਦੇ ਵਿੱਚ ਵੀ ਅਲੱਗ-ਅਲੱਗ ਸਮੁਦਾਇਆਂ ਦੇ ਜਿਹੜੇ ਗ੍ਰੀਟਿੰਗਸ ਦੇ ਲਈ ਯੂਜ਼ ਕੀਤੇ ਜਾਂਦੇ ਆ ਉਹਨਾਂ ਨੂੰ ਯੂਜ਼ ਕਰਦੇ ਆ ਜਿਵੇਂ ਵਾਹਿਗੁਰੂ ਜੀ ਕਾ ਖਾਲਸਾ ਪਲੱਸ ਸਲਾਮ ਵਾਲੇਕੁਮ ਪਲੱਸ ਹਾਲੇਲੂਇਆ ਵੀ ਚੱਲ ਰਿਹਾ ਹੈ ਇਹਦੇ ਨਾਲ ਡਾਊਟ ਹੁੰਦਾ ਹੈ ਕਿ ਕੀ ਵਾਕਿਆ ਹੀ ਪੰਜਾਬ ਦੇ ਯਾਂ ਪਾਰਤ ਦੀਆਂ ਇਲੈਕਸ਼ਨਸ ਜਾਂ ਪੰਜਾਬ ਦੀਆਂ ਇਲੈਕਸ਼ਨਸ ਧਰਮ ਨਿਰਪੱਖ ਟੰਗ ਦੇ ਨਾਲ ਹੋ ਰਹੀਆਂ ਨਹੀਂ ਜਿਹਦੇ ਵਿੱਚ ਵੋਟਾਂ ਨੂੰ ਜਾਤੀਵਾਦ ਦੇ ਵਿੱਚ ਨਹੀਂ ਵੰਡਿਆ ਜਾ ਰਿਹਾ ਔਰ ਸਭ ਨੂੰ ਇੱਕ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਜਦੋਂ ਧਾਰਮਿਕ ਜੇਕਾਰੇ 17 18 ਬੋਲਣੇ ਪੈ ਜਾਣ ਜਾਂ ਇਕੋ ਸਾਹ ਦੇ ਵਿੱਚ ਕਈ ਧਾਰਮਿਕ ਜੇਕਾਰੇ ਅਲਗ-ਅਲਗ ਧਰਮਾਂ ਦੇ ਬੋਲਣੇ ਪੈ ਜਾਣ ਤਾਂ ਇਹਦਾ ਮਤਲਬ ਹੈ ਕਿ ਉਹ ਲੀਡਰ ਸਾਰੇ ਧਰਮਾਂ ਦੇ ਲੋਕਾਂ ਨੂੰ ਉਹਨਾਂ ਦੇ ਇਮੋਸ਼ਨਸ ਤੇ ਟੱਚ ਕਰ ਰਿਹਾ ਕਿ ਦੇਖੋ ਮੈਂ ਤੁਹਾਡੇ ਗੁਰੂ ਦਾ ਨਾਮ ਲੈ ਰਿਹਾ ਇਹਦਾ ਜਵਾਬ ਸਿਰਫ ਇੱਕੋ ਹੀ ਹੈ ਜੋ ਪ੍ਰਧਾਨ ਮੰਤਰੀ ਮੋਦੀ ਨੇ ਵੀ ਆਪਣੇ ਭਾਸ਼ਣ ਦੇ ਅੰਦਰ ਦੇ ਵਿੱਚ ਕਿਹਾ ਕਿ ਮਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ। ਇਹੀ ਆਪਣੇ ਦੇਸ਼ ਦਾ ਸੰਵਿਧਾਨ ਕਹਿੰਦਾ ਹੀ ਆਪਣੇ ਦੇਸ਼ ਦਾ ਕਨਸਟੀਟਿਊਸ਼ਨ ਕਹਿੰਦਾ ਹੈ। ਚੋਣ ਪ੍ਰਚਾਰ ਦੇ ਲਈ ਜਲੰਧਰ ਆਈ ਪ੍ਰਧਾਨ ਮੰਤਰੀ ਮੋਦੀ ਅਲੱਗ-ਅਲੱਗ ਵਿਸ਼ੇ ਵਰਗਾਂ ਦੇ ਲਈ ਅਲੱਗ-ਅਲੱਗ ਸਮੁਦਾਇਆਂ ਦੇ ਗੁਰੂਆਂ ਦੇ ਨਾਰੇ ਤਾਂ ਲਗਾ ਗਏ ਪਰ ਇਹਦੇ ਵਿੱਚ ਇੱਕ ਸਮੁਦਾਇ ਜ਼ਰੂਰ ਇਗਨੋਰਡ ਫੀਲ ਕਰਦਾ ਹੋਏਗਾ। ਉਹ ਹੈ ਮੁਸਲਿਮ ਪੋਪੂਲੇਸ਼ਨ ਮੁਸਲਿਮ ਪੋਪੂਲੇਸ਼ਨ ਪੰਜਾਬ ਦੀ 2% ਆਬਾਦੀ ਦੇ ਲਗਭਗ ਹੈਗੀ ਹੈ ਪਰ ਉਹਨਾਂ ਦਾ ਇੱਕ ਵੀ ਨਾਰਾ ਜਾਂ ਉਹਨਾਂ ਨੂੰ ਰੈਪਰੈਜ਼ੈਂਟੇਸ਼ਨ ਦੇਣ ਵਾਲਾ ਇੱਕ ਵੀ ਨਾਰਾ ਇਹਦੇ ਵਿੱਚ ਨਹੀਂ ਸੀ ਪ੍ਰਧਾਨ ਮੰਤਰੀ ਸਭ ਵਰਗਾਂ ਦੇ ਪ੍ਰਧਾਨ ਮੰਤਰੀ ਨੇ ਉਹ ਸਿਰਫ ਇੱਕ ਪਾਰਟਿਕੂਲਰ ਜਾਤ ਕਾਸਟ ਜਾਂ ਧਰਮ ਦੇ ਨਹੀਂ ਆ ਪ੍ਰਧਾਨ ਮੰਤਰੀ ਮੋਦੀ ਖੁਦ ਕਹਿੰਦੇ ਨੇ ਕਿ ਪੰਜਾਬ ਨੇ ਸਭ ਤੋਂ ਵੱਧ ਦੁੱਖ ਝੰਡਾਇਆ ਪਾਰਟੀਸ਼ਨ ਦਾ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਉਸ ਟਾਈਮ ਵੀ ਜਿਹੜਾ ਆਪਣਾ ਭਾਰਤ ਦੇਸ਼ ਸੀ ਉਹ ਸੈਕੂਲਰ ਨਹੀਂ ਸੀ ਇਸ ਕਰਕੇ ਦੋ ਹਿੱਸਿਆਂ 'ਚ ਵੰਡਿਆ ਗਿਆ ਉਦੋਂ Hindu ਔਰ Muslim ਚੱਲਦਾ ਸੀ ਇਸ ਕਰਕੇ Muslim ਅਲੱਗ ਹੋ ਗਏ ਆਪਣਾ ਦੇਸ਼ ਲੈ ਕੇ ਵਟਵਾਰਾ ਹੋ ਗਿਆ ਸੋ ਅੱਜ ਜਿਹੜਾ ਭਾਰਤ ਜਦੋਂ ਆਜ਼ਾਦ ਹੁੰਦਾ ਉਹਨੂੰ ਕਨਸਟੀਟਿਊਸ਼ਨ ਦੇ ਵਿੱਚ ਸੈਕੂਲਰ ਸਟੇਟ ਇਸ ਕਰਕੇ ਰੱਖਿਆ ਜਾਂਦਾ ਤਾਂ ਕਿ ਅੱਗੇ ਤੋਂ ਕਦੀ ਐਦਾਂ ਦੀ ਸਥਿਤੀ ਉਤਪੰਨ ਨਾ ਹੋ ਸਕੇ ਪਰ ਹੁਣ ਸੈਕੂਲਰਿਜ਼ਮ ਦੀ ਪਰਿਭਾਸ਼ਾ ਮੋਦੀ ਦੇ ਇੰਡੀਆ ਦੇ ਵਿੱਚ ਬਹੁਤ ਬਦਲਦੀ ਹੋਈ ਦਿਖ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਹੀ ਸੈਕੂਲਰਿਜ਼ਮ ਦੀਆਂ ਤੱਜੀਆਂ ਉਡਾਉਣਗੇ ਤਾਂ ਆਪਾਂ ਸੂਬੇ ਦੀਆਂ ਸਰਕਾਰਾਂ ਤੋਂ ਸੂਬੇ ਦੀਆਂ ਸਰਕਾਰਾਂ ਤੋਂ ਵੀ ਥੱਲੇ ਲੈਵਲ ਤੇ ਐਮਸੀ ਸਰਕਾਰਾਂ ਦੇ ਵਿੱਚ ਜਾਂ ਪੰਚਾਇਤਾਂ ਦੇ ਵਿੱਚ ਕਿਦਾਂ ਉਮੀਦ ਲਾ ਸਕਦੇ ਹਾਂ ਕਿ ਜਾਤ ਪਾਤ ਦਾ ਭੇਦਭਾਵ ਨਹੀਂ ਹੋਏਗਾ ਸਮਾਜ ਦੇ ਵਿੱਚ ਕਿਤੇ ਇਹ ਜਿਹੜਾ ਸਟੇਟ ਦਾ ਰੁਖ ਹੈ ਸੈਕੂਲਰਿਜ਼ਮ ਤੋਂ ਐਨੀ ਦੂਰ ਜਾ ਰਹੇ ਨੇ ਜਾਂ ਸੈਕੂਲਰਿਜ਼ਮ ਦੀ ਪਰਿਭਾਸ਼ਾ ਨੂੰ ਚੇਂਜ ਕਰ ਰਹੇ ਨੇ ਇਹ ਭਾਰਤ ਦੀ ਏਕਤਾ ਔਰ ਅਖੰਡਤਾ ਦੇ ਲਈ ਬਹੁਤ ਵੱਡਾ ਖਤਰਾ ਹੋ ਸਕਦਾ ਹੈ। ਥੈਂਕ ਯੂ ਸੋ ਮੱਚ ਫॉर ਵਾਚਿੰਗ।